ਜਦੋਂ ਆਹ ਬੱਬੂ ਮਾਨ ਸਿੱਧੂ ਮੂਸੇ ਵਾਲਾ ਬੱਬੂ ਬਾਈ ਦਾ ਤੇ ਸਿੱਧੂ ਦਾ ਰੌਲਾ ਪਿਆ ਜਿਹੜਾ ਵੀ ਕਨਫਿਊਜ਼ਨ ਹੋਈ ਆ ਹੁਣ ਮੈਂ ਜਿੰਨਾ ਕੁ ਬੱਬੂ ਬਾਈ ਨੂੰ ਵੀ ਲਾਈਫ ਦੇ ਵਿੱਚ ਮਿਲਿਆ ਵਾ ਯਾਰ ਉਹ ਵੀ ਬੜੀ ਗੁੱਡ ਹਾਰਟਡ ਬੜਾ ਵਾਰਮ ਵੈਲਕਮ ਵਾਲਾ ਬੰਦਾ ਵੀ ਛੋਟੇ ਭਾਈ ਕਿੱਦਾਂ ਹੋ ਤੁਸੀਂ ਯੇ ਵੋ ਫਲਾਂਟ ਗੱਲ ਮਤਲਬ ਕੋਈ ਇਦਾਂ ਦੀ ਹੈ ਨੀ ਦਸ ਵੀਹ ਪੰਜਾਹ ਜਾਣੇ ਕਹੀ ਜਾਂਦੇ ਨੇ ਵੀ ਜੇ ਸਿੱਧੂ ਠੀਕ ਨੀ ਸਿੱਧੂ ਆਏ ਆ ਸਿੱਧੂ ਦੇ ਗਾਣੇ ਆਉਣੇ ਇੰਨੀ ਜਨਤਾ ਜਿਹੜੀ ਸਿੱਧੂ ਦੇ ਗਾਣੇ ਸੁਣ ਰਹੀ ਆ ਜਦੋਂ ਆਪਾਂ ਕਿਸੇ ਨੂੰ ਟੀਕਾ ਟਿੱਪਣੀ ਕਰੀ ਹੋ ਜਾਂਦੇ ਆ ਫਿਰ ਕਿਸੇ ਦਾ ਮਾਈਂਡ ਕਿੱਦਾਂ ਹੁੰਦਾ ਕਿਸੇ ਦਾ ਕਿੱਦਾਂ ਬੰਦਾ ਪ੍ਰਵੋਕ ਵੀ ਹੋ ਜਾਂਦਾ ਗੱਲਾਂ ਨਾ ਬਣਦੀਆਂ ਜਿਵੇਂ ਹੁਣ ਤੁਸੀਂ ਗਾਣਾ ਤੂੰ ਰਿਲੀਜ਼ ਕਰੇ ਬਾਈ ਚਾਂਸ ਕਿਸੇ ਹੋਰ ਦਾ ਗਾਣਾ ਉਸ ਡੇਟ ਨੂੰ ਆ ਜਾਵੇ ਅਗਲਾ ਕਹਿੰਦਾ ਦੋ ਬੰਦੇ ਵੀ ਕਹਿੰਦੇ ਆ ਇਹਨੇ ਜਾਣ ਕੇ ਕਰਿਆ ਜਿਹੜਾ ਨਵਾਂ ਟੈਲੈਂਟ ਆਇਆ ਮਤਲਬ ਤੁਸੀਂ ਆਏ ਹੋ ਸਾਰੇ ਜਾਣੇ ਹਨਾ ਜਿੰਨੇ ਸਿੱਧੂ ਹੋਣੀ ਹੋ ਗਏ ਈਵਨ ਕਰਨ ਹੋ ਗਿਆ ਔਜਲਾ ਜਿੰਨੇ ਸਾਰੇ ਇਹ ਯੰਗ ਟੀਮ ਹੈ ਇਹ ਸਾਰੀ ਯੰਗ ਟੀਮ ਦੇ ਵਿੱਚ ਬਹੁਤ ਟੈਲੈਂਟ ਆ ਆਰਨੇਤ ਹਨਾ ਇਹ ਸਾਰੇ ਬੰਦਿਆਂ ਦੇ ਵਿੱਚ ਬਹੁਤ ਟੈਲੈਂਟ ਆ ਮੈਂ ਅੱਗੇ ਵੀ ਕਿੰਨੀ ਵਾਰੀ ਇਹ ਗੱਲ ਕਹੀ ਆ ਵੀ ਜੇ ਤੁਸੀਂ ਸਾਰੇ ਬੰਦੇ ਇਹਨਾਂ ਨੂੰ ਪਿਆਰ ਨਾਲ ਮੈਸੇਜ ਕਰਿਆ ਕਰੋ ਇੱਕ ਦੂਜੇ ਦੇ ਫੈਨ ਇੱਕ ਦੂਜੇ ਨੂੰ ਮੈਸੇਜ ਕਰਿਆ ਕਰੋ ਇਹ ਮਿਲ ਕੇ ਟੀਮ ਬਣਾਉਣ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਆਏ ਦਿਨ ਪੰਜਾਬੀ ਕਲਾਕਾਰਾਂ ਦੇ ਗੀਤ ਰਿਲੀਜ਼ ਹੋਏ ਰਹਿੰਦੇ ਨੇ ਅਤੇ ਆਏ ਦਿਨ ਹੀ ਕਿਸੇ ਨਾ ਕਿਸੇ ਪੰਜਾਬੀ ਗੀਤਕਾਰ ਦਾ ਜਾਂ ਕਿਸੇ ਗਾਇਕ ਦਾ ਵਿਵਾਦ ਵੀ ਸਾਹਮਣੇ ਆ ਜਾਂਦਾ ਔਰ ਅੱਜ ਕੱਲ੍ਹ ਬੱਬੂ ਮਾਨ ਅਤੇ ਸਿੱਧੂ ਮੂਸੇਵਾਲੇ ਦਾ ਵਿਵਾਦ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਜਿਸ ਨੂੰ ਲੈ ਕੇ ਹੁਣ ਇਹਨਾਂ ਦੇ ਕੱਟੜ ਫੈਨਸ ਵੀ ਆਪਸ ਦੇ ਵਿੱਚ ਲੜਦੇ ਹੋਏ ਵਿਖਾਈ ਦੇ ਰਹੇ ਨੇ ਪਰ ਇਹਨਾਂ ਨੂੰ ਲੜਾਈ ਖਤਮ ਕਰ ਦੇਣੀ ਚਾਹੀਦੀ ਹੈ ਇਹ ਕਹਿ ਰਹੇ ਨੇ ਖੁਦ ਗਿੱਪੀ ਗਰੇਵਾਲ ਅਤੇ ਅੰਮ੍ਰਿਤ ਮਾਨ ਜੋ ਹਾਲ ਹੀ ਦੇ ਵਿੱਚ ਲਾਈਵ ਹੋਏ ਅਤੇ ਇਹਨਾਂ ਦੇ ਵਿਵਾਦ ਨੂੰ ਲੈ ਕੇ ਉਹਨਾਂ ਨੇ ਖੁੱਲ੍ਹ ਕੇ ਗੱਲਾਂ ਬਾਤਾਂ ਵੀ ਕੀਤੀਆਂ ਉਹਦੇ ਦੂਜੇ ਪਾਸੇ ਇਹਨਾਂ ਨੇ ਸੁਲਾਹ ਕਰਨ ਦੀ ਗੱਲਬਾਤ ਵੀ ਰੱਖੀ ਹੈ ਹੋਰ ਕਿਹੜੀਆਂ ਗੱਲਾਂ ਆਖੀਆਂ ਨੇ ਅੰਮ੍ਰਿਤ ਮਾਨ ਅਤੇ ਗਿੱਪੀ ਗਰੇਵਾਲ ਨੇ ਇਸ ਵਿਵਾਦ ਨੂੰ ਲੈ ਕੇ ਆਓ ਤੁਹਾਨੂੰ ਦਿਖਾਉਂਦੇ ਹਾਂ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ ਅੰਮ੍ਰਿਤ ਦੀ ਨੇਚਰ ਆ ਜਿਹੜੀ ਅੰਮ੍ਰਿਤ ਦੀ ਨੇਚਰ ਕਿਹੋ ਜਿਹੀ ਨੇਚਰ ਆ ਕਿਉਂਕਿ ਲੋਕ ਪਤਾ ਹੀ ਕਰਦੇ ਆ ਮੈਂ ਕਈ ਵਾਰੀ ਲੋਕਾਂ ਨੂੰ ਇਹ ਗੱਲ ਕਹਿਣਾ ਕਿਉਂਕਿ ਮੈਂ ਇਹ ਗੱਲ ਕੁਐਸਚਨ ਕਿਉਂ ਪੁੱਛਿਆ ਵੀ ਆਪਣੇ ਜਿਹੜੇ ਗਾਣੇ ਨੇ ਨਾ ਜਿਹੜੇ ਵੀ ਗਾਣੇ ਆਉਂਦੇ ਨੇ ਜਾਂ ਜਿਹੜੀਆਂ ਵੀ ਫਿਲਮਾਂ ਆਉਂਦੀਆਂ ਨੇ ਲੋਕ ਕਈ ਵਾਰੀ ਉਹਨਾਂ ਨੂੰ ਇੰਨਾ ਸੀਰੀਅਸ ਲੈ ਜਾਂਦੇ ਨੇ ਇੰਨਾ ਦਿਲ ਤੇ ਲਾਉਂਦੇ ਨੇ ਹਨਾ ਹੁਣ ਮੁੱਦੇ ਕੀ ਚੱਲ ਰਹੇ ਆ ਹੁਣ ਜਿਵੇਂ ਮੈਂ ਇੱਕ ਡੇਲੀ ਆਪਾਂ ਫੇਸਬੁੱਕ ਦੇਖਦੇ ਹਾਂ ਜਾਂ ਕੁਛ ਵੀ ਜਿਵੇਂ ਹੁਣ 80% ਤਾਂ ਟੌਪਿਕ ਉਹਦਾ ਸਿੱਧੂ ਦੇ ਵਿਚਾਰਾਂ ਦਾ ਚੱਲੀ ਜਾਂਦਾ ਰਹਿੰਦਾ ਦਸ ਵੀਹ ਪੰਜਾਹ ਜਾਣੇ ਕਹੀ ਜਾਂਦੇ ਨੇ ਵੀ ਜੇ ਸਿੱਧੂ ਠੀਕ ਨੀ ਸਿੱਧੂ ਆਏ ਆ ਸਿੱਧੂ ਦੇ ਗਾਣੇ ਆਉਣ ਨੇ ਇੰਨੀ ਜਨਤਾ ਜਿਹੜੀ ਸਿੱਧੂ ਦੇ ਗਾਣੇ ਸੁਣ ਰਹੀ ਆ ਠੀਕ ਹੈ ਹੁਣ ਤੁਹਾਡਾ ਗੀਤ ਆਇਆ ਬੰਬੀਹਾ ਇਕੱਠਿਆਂ ਨੇ ਗਾਇਆ ਤੁਸੀਂ ਹਨਾ ਹੁਣ ਉਹਨੂੰ 10 ਬੰਦੇ ਐਂ ਕਹਿਣੇ ਵਾਲੇ ਵੀ ਹੁੰਦੇ ਨੇ ਵੀ ਯਾਰ ਇਹਨਾਂ ਨੇ ਵਾਇਲੈਂਸ ਪ੍ਰਮੋਟ ਕਰਤੀ ਇਹਨੇ ਫਲਾਣਾ ਕਰਤਾ ਹਨਾ ਮੈਂ ਇਹ ਪੁੱਛਣਾ ਚਾਹੁੰਦਾ ਵੀ ਯਾਰ ਵੀ ਇਹ ਜਿਹੜੀ ਤੁਸੀਂ ਤੁਸੀਂ ਆਪ ਪਹਿਲਾਂ ਇਹ ਦੱਸੋ ਵੀ ਤੁਹਾਡੀ ਜਿਹੜੀ ਤੇਰੀ ਨੇਚਰ ਆ ਵੀ ਤੇਰੀ ਨੇਚਰ ਕਿਹੋ ਜਿਹੀ ਆ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਹ ਜ਼ਰੂਰੀ ਨਹੀਂ ਹੈ ਵੀ ਬੰਦਾ ਆਪ ਇਹੋ ਜਿਹਾ ਹੋਵੇ ਕਤਲੇਆਮ ਕਰਨ ਵਾਲਾ ਵੀ ਜਿਹੜਾ ਇੱਦਾਂ ਦੇ ਗਾਣੇ ਹੁੰਦਾ ਕਿਉਂਕਿ ਗਾਉਣਾ ਇੱਕ ਜਿਹੜਾ ਟੈਲੈਂਟ ਆ ਹੁਣ ਸਨੀ ਭਾਜੀ ਨੇ ਸਨੀ ਦਿਓਲ ਭਾਜੀ ਹਾਂਜੀ ਉਹਨਾਂ ਕੋਲੇ ਬੈਠੋ ਭਾਜੀ ਆਪ ਹੀ ਇੰਨਾ ਸ਼ਰਮਾ ਕੇ ਬੋਲਦੇ ਆ ਵਿਚਾਰੇ ਇੰਨਾ ਸਾਊ ਤਰੀਕੇ ਨਾਲ ਬੋਲਦੇ ਆ ਬੰਦਾ ਇਹ ਸੋਚਦਾ ਵੀ ਯਾਰ ਵੀ ਇਹ ਉਹੀ ਬੰਦਾ ਜਿਹਨੇ ਫਿਲਮ 'ਚ ਨਲਕਾ ਪੱਟਿਆ ਹਨਾ ਮਤਲਬ ਪਰਫਾਰਮੈਂਸ ਤਾਂ ਇਹੀ ਆ ਨਾ ਵੀ ਜਿਹੜਾ ਉਹਨੇ ਨਲਕਾ ਪੱਟਿਆ ਤਾਂ ਉਹਨੇ ਫੀਲ ਕਰਾਇਆ ਵੀ ਨਲਕਾ ਪੱਟਿਆ ਮੈਨੂੰ ਕਿਉਂਕਿ ਤੂੰ ਇੱਕ ਦਿਨ ਮੈਨੂੰ ਇਹ ਗੱਲ ਕਹੀ ਸੀ ਵੀ ਬਾਈ ਮੈਂ ਤਾਂ ਬਹੁਤ ਵੀ ਮੈਂ ਜਮਾ ਹੀ ਲੜਾਈ ਝਗੜੇ ਵਾਲਾ ਟਾਈਪ ਬੰਦਾ ਨੀ ਵੀ ਮੈਂ ਕਦੇ ਕਿਸੇ ਨਾਲ ਕੋਈ ਐ ਨੀ ਕੀਤਾ ਹਨਾ ਫੇਰ ਇਹ ਜਿਹੜੇ ਗਾਣੇ ਗੁਣੇ ਨੇ ਜਾਂ ਕੀ ਚੱਕਰ ਆ ਵੀ ਇਹ ਕੀ ਲੋਕਾਂ ਨੂੰ ਕੀ ਲੋਕੀ ਕੀ ਕਰਨ ਵੀ ਵਾਕਿਆ ਅੰਮ੍ਰਿਤ ਮਾਨ ਗੁੱਸੇ ਟਾਈਪ ਵਾਲਾ ਬੰਦਾ ਹੈ ਜਾਂ ਨਹੀਂ ਹੈ ਬਈ ਤੁਸੀਂ ਮੇਰਾ ਖਿਆਲ ਆ ਮੈਂ ਇਸ ਫੀਲਡ ਵਿੱਚ 2013-14 ਚ ਆਇਆ ਸੀਗਾ ਤੇ ਆਪਾਂ ਮੇਰੇ ਖਿਆਲ 2014 ਚ ਮਿਲੇ ਸੀ ਪਹਿਲੀ ਵਾਰ ਬਿਲਕੁਲ ਬਿਲਕੁਲ ਤੁਸੀਂ ਮੇਰੇ ਖਿਆਲ 6 ਸਾਲ ਦੇ ਉਦੋਂ ਤੋਂ ਮੈਨੂੰ ਜਾਣਦੇ ਹੋ ਮੇਰਾ ਖਿਆਲ ਆ ਉਦੋਂ ਜਿਹੋ ਜਿਹਾ ਮੈਂ ਉਦੋਂ ਦਾ ਸੀਗਾ ਤੇ ਜਿਹੋ ਜਿਹਾ ਹੋਣਾ ਉਹ ਰਾਈਟ ਆਨਸਰ ਤੁਸੀਂ ਦਿਓਗੇ ਕਿ ਮੇਰਾ ਨੇਚਰ ਕਿੱਦਾਂ ਦਾ ਪਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹ ਤਾਂ ਆਪਾਂ ਇੱਕ ਕਰੈਕਟਰ ਪਲੇ ਕਰਦੇ ਹਾਂ ਬਾਈ ਗਾਣੇ 'ਚ ਤਾਂ ਇੱਕ ਆਪਣਾ ਜੇ ਆਪਣੇ ਕੋਈ ਟੈਲੈਂਟ ਆ ਉਹ 'ਚ ਆਪਣਾ ਕੋਈ ਐਕਸ ਫੈਕਟਰ ਆ ਵੀ ਕਿਸੇ ਆਪਾਂ ਸਿਚੁਏਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਲਿਖ ਸਕਦੇ ਹਾਂ ਤਾਂ ਮੇਰੇ ਇਹ ਹੁੰਦਾ ਕਿ ਇੱਕ ਅਪਬੀਟ ਗਾਣੇ ਨੂੰ ਇੱਕ ਚੱਕਵੇਂ ਗਾਣੇ ਨੂੰ ਮੈਨੂੰ ਐਂ ਲੱਗਦਾ ਕਿ ਮੇਰੀ ਜਿਹੜੀ ਵੋਕਲ ਟੋਨ ਆ ਉਹ ਸਪੋਰਟ ਕਰਦੀ ਹੈ ਉਹ ਟੋਨ ਜਦੋਂ ਸਪੋਰਟ ਕਰਦੀ ਆ ਤੇ ਆਪਾਂ ਨੂੰ ਸਭ ਨੂੰ ਹੁੰਦਾ ਕਿ ਯਾਰ ਗਾਣਾ ਘੈਂਟ ਹੋਣਾ ਚਾਹੀਦਾ ਐਂਡ ਆਫ ਦਾ ਡੇ ਕਿਉਂਕਿ ਜੇ ਕੋਈ ਵੀ ਬੰਦਾ ਫਿਲਮ ਕਰਦਾ ਉਹਨੂੰ ਐਂ ਹੁੰਦਾ ਯਾਰ ਮੈਂ ਕੋਈ ਵੀ ਸਬਜੈਕਟ ਛੇੜਾਂ
ਜਿਹੜੇ ਸਬਜੈਕਟ 'ਚ ਮੇਰੀ ਮਾਸਟਰੀ ਆ ਪਰ ਉਹ ਐਂਡ ਆਫ ਦਾ ਡੇ ਲੋਕਾਂ ਨੂੰ ਪਸੰਦ ਆਵੇ। ਬਿਲਕੁਲ। ਹੁਣ ਆਪਾਂ ਅਮਰੀਸ਼ ਪੁਰੀ ਸਾਹਿਬ ਸੀਗੇ, ਮੈਂ ਕਈ ਲੋਕਾਂ ਤੋਂ ਮੈਂ ਇੰਟਰਵਿਊ ਦੇਖਦਾ ਬਾਲੀਵੁੱਡ ਵਾਲੇ ਜਿਹੜੇ ਸੀਨੀਅਰ ਆਪਣੇ ਆਰਟਿਸਟ ਨੇ, ਉਹ ਕਹਿੰਦੇ ਅਮਰੀਸ਼ ਪੁਰੀ ਸਾਹਿਬ ਫਿਲਮਾਂ ਦੇ ਵਿੱਚ ਏਡੇ ਖਤਰਨਾਕ ਰੋਲ ਕਰਦੇ ਸੀ ਹਨਾ, ਪਰ ਡੇਲੀ ਓਦਾਂ ਜ਼ਿੰਦਗੀ ਦੇ ਵਿੱਚ ਉਹ ਇੰਨੇ ਕੁ ਕੂਲ ਤੇ ਇੰਨੇ ਕੁ ਕੰਪੋਜ਼ ਸੀਗੇ ਵੀ ਉਹਨਾਂ ਨਾਲ ਬੈਠ ਕੇ ਬੜਾ ਵਧੀਆ ਲੱਗਦਾ ਸੀ, ਬੜਾ ਚੰਗਾ ਲੱਗਦਾ ਸੀ, ਬੜੇ ਹੀ ਬੜੇ ਕਹਿ ਸਕਦੇ ਆ ਕਿ ਉਹ ਮੈਚਿਓਰਿਟੀ ਦੇ ਕਹਿ ਲਓ ਹਨਾ ਸਿੰਬਲ ਸੀ। ਤੇ ਉਹ ਹੁਣ ਮੇਰੀ ਲੁੱਕ ਏਦਾਂ ਦੀ ਕਹਿ ਲਓ ਜਾਂ ਗਾਣਿਆਂ ਦੇ ਵਿੱਚ ਮੈਂ ਲਿਖਦਾ ਓਦਾਂ ਦਾ, ਤਾਂ ਕਈ ਵਾਰੀ ਇੰਟਰਪ੍ਰੇਟ ਹੋ ਜਾਂਦਾ ਕਿ ਯਾਰ ਵੀ ਚੱਕਮਾ ਹੋਊ ਜਾਂ ਘਰੇ ਆਊ, ਪਰ ਐਂਡ ਆਫ ਦਾ ਡੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਵੀ ਬਾਈ ਅਸੀਂ ਇੱਕ ਕਰੈਕਟਰ ਪਲੇ ਕਰਦੇ ਹਾਂ ਜੋ ਕਿ ਫਿਲਮਾਂ 'ਚ ਇੱਕ ਆਰਟਿਸਟ ਕਰਦਾ ਉਵੇਂ ਅਸੀਂ ਇੱਕ ਗਾਣਿਆਂ 'ਚ ਕਰਦੇ ਹਾਂ। ਸਾਡੀ ਬਿਲਕੁਲ ਇਹ ਕੋਸ਼ਿਸ਼ ਨਹੀਂ ਹੁੰਦੀ ਕਿ ਹਾਂ ਚੱਕ ਲਓ ਧਰ ਲਓ ਮਾਰ ਲਓ ਜਾਂ ਉਈ ਤੁਰੇ ਫਿਰਦੇ ਕਿਸੇ ਦੇ ਜਾ ਕੇ ਜੇ ਆਪਾਂ ਗਾਣੇ ਚੱਕ ਜੇ ਉਹੀ ਸੰਨੀ ਦੌਲ ਭਾਜੀ ਨੇ ਨਲਕਾ ਪੱਟਿਆ, ਇਹ ਤਾਂ ਹੈ ਜਿਹੜਾ ਉਹਨਾਂ ਦੇ ਘਰੇ ਲੱਗਿਆ ਉਹ ਵੀ ਪੱਟਤਾ ਹੋਊ ਉਹਨਾਂ ਨੇ। ਬਿਲਕੁਲ 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 ਬਾਕੀ ਤੁਸੀਂ ਦੱਸੋ ਤੁਹਾਡੇ ਨਾਲ। ਨਹੀਂ ਨਹੀਂ ਮੈਂ ਤਾਂ ਮੈਂ ਦੇਖੋ ਇੱਕ ਗੱਲ ਕਲੀਅਰ ਆ, ਦੇਖ 6 ਸਾਲਾਂ ਤੋਂ ਆਪਾਂ ਜਾਣਦੇ ਹਾਂ ਜੇ ਅੱਜ ਆਪਾਂ ਵਾਪਸ ਆਪਾਂ ਫਿਰ 6 ਸਾਲਾਂ ਬਾਅਦ ਵੀ ਇਕੱਠੇ ਕੰਮ ਕਰ ਰਹੇ ਹਾਂ ਤਾਂ ਉਹਦਾ ਰੀਜ਼ਨ ਇਹ ਆ ਵੀ ਡੈਫੀਨੇਟਲੀ ਮੈਨੂੰ ਤਾਂ ਤੇਰੀ ਨੇਚਰ ਪਸੰਦ ਹੋਊਗੀ ਤਾਂ ਹੀ ਤਾਂ ਆਪਾਂ ਕੰਮ ਕਰ ਰਹੇ ਹਾਂ, ਤਾਂ ਹੀ ਲੈ ਗਿਆ। ਔਰ ਦੇਰ ਇਜ਼ ਨੋ ਚੇਂਜ, ਮੈਂ ਤਾਂ 100% ਇਹ ਗੱਲ ਕਹਿਣਾ ਵੀ ਜਦੋਂ ਮੈਨੂੰ ਯਾਦ ਆ ਤੂੰ ਉਦੋਂ ਆਇਆ ਸੀ, ਤੂੰ ਮੈਨੂੰ ਕਿਹਾ ਵੀ ਬਾਈ ਆਪਾਂ ਗੀਤ ਕਰਨਾ, ਮੈਨੂੰ ਗਾਣਾ ਸੁਣਾਇਆ ਸਾਰਾ ਕੁਝ। ਮੈਂ ਤਾਂ ਨਾ ਬੜੇ ਮੈਨੂੰ ਇੱਕ ਵਾਰੀ ਯਾਦ ਆ ਜਿਵੇਂ ਹੁਣ ਕਈ ਬੰਦਿਆਂ ਨਾਲ ਮੈਂ ਰੈਗੂਲਰ ਕੰਮ ਕਰਦਾ, ਇੱਕ ਵਾਰੀ ਹੈਪੀ ਰਾਏ ਕੋਠੀ ਆ ਗਿਆ ਮੇਰੇ ਕੋਲ ਗੀਤ ਸੁਣਾਉਣ, ਤੇ ਉਹ ਉਹਨੇ ਜਦੋਂ ਮੈਨੂੰ ਗੀਤ ਸੁਣਾਏ ਤੇ ਮੈਂ ਉਹਨੂੰ ਕਿਹਾ ਯਾਰ ਤੂੰ ਤਾਂ ਬੇਵਕੂਫ ਬੰਦਾ, ਕਹਿੰਦਾ ਕੀ ਗੱਲ ਹੋ ਗਈ, ਉਹ ਬੇਚਾਰਾ ਘਾਬਰ ਗਿਆ। ਉਹ ਮੈਂ ਕਿਹਾ ਤੂੰ ਤਾਂ ਮੇਰੇ ਤੋਂ ਵਧੀਆ ਗਾਈ ਆ ਨਾ ਪਤੰਦਰਾ, ਹਨਾ, ਤੇ ਕਹਿੰਦਾ ਬਾਈ ਜੀ ਕਿਤੇ ਕੁੰਡੀ ਨੀ ਫਸ ਰਹੀ ਹੈਗੀ, ਹਨਾ। ਤੇ ਮੈਂ ਕਿਹਾ ਉਹ ਗੱਲ ਠੀਕ ਹੈ ਵੀ ਆਪਾਂ ਗੀਤ ਕਰਦੇ ਹਾਂ, ਪਰ ਮੈਂ ਕਿਹਾ ਯਾਰ ਤੂੰ ਗਾਈ ਜ਼ਰੂਰ, ਤੂੰ ਵਧੀਆ ਬੰਦਾ, ਹਨਾ। ਹੁਣ ਜਦੋਂ ਹਰ ਬੰਦੇ ਦਾ ਇੱਕ ਟੈਲੈਂਟ ਆ, ਮੈਂ ਉਹੀ ਗੱਲ ਕਹਿਣਾ ਵੀ ਹੁਣ ਜਦੋਂ ਬੀਤ ਨੇ ਮੇਰੇ ਸਾਰੇ ਗੀਤ ਸ਼ੁਰੂ ਵਾਲੇ ਸੀ, ਬੀਤ ਦੇ ਵੀ ਸਾਰੇ ਗੀਤ ਚੱਕਵੇਂ ਪਿੰਡ ਦੇ ਵਿਚਾਲੇ ਵੱਲੋਂ ਡਾਂਗ ਖੜਕੀ ਜੇ ਉਹ, ਅਸੀਂ ਇਹੋ ਜਿਹੇ ਗੀਤ ਬਹੁਤ ਗਾਏ, ਹਨਾ। ਪਰ ਹੁਣ ਇਹ ਤੁਹਾਨੂੰ ਵੀ ਬੀਤ ਦੂਜੇ ਨਹੀਂ ਸੀ ਰਿਹਾ, ਬੀਤ ਸਾਰੇ ਤਰ੍ਹਾਂ ਦੇ ਗੀਤ ਲਿਖਦਾ ਸੀਗਾ, ਹਨਾ, ਸਭ ਤਰ੍ਹਾਂ ਦੇ। ਹੁਣ ਮੈਂ ਉਹੀ ਗੱਲ ਕਹਿਣਾ ਵਾ ਵੀ ਲੋਕ ਜਿਵੇਂ ਹੁਣ ਕਈ ਵਾਰੀ ਮੈਂ ਕਨਫਿਊਜ਼ਨ ਦੇਖਦਾ ਵਾਂ ਵੀ ਜਦੋਂ ਦਾ ਸੋਸ਼ਲ ਮੀਡੀਆ ਆਇਆ, ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਹੁੰਦਾ ਸੀ ਵੀ ਜਿਹੜੇ ਬੰਦੇ ਦੇ ਜਿਹੜੇ ਫੈਨ ਨੇ, ਜਿਵੇਂ ਹੁਣ ਜਿਹੜੇ ਮੇਰੇ ਫੈਨ ਨੇ, ਉਹ ਮੇਰੇ ਸ਼ੋਅ ਦੇ ਉੱਤੇ ਆਉਂਦੇ ਸੀਗੇ, ਇੰਜੋਏ ਕਰਦੇ ਸੀ, ਭੰਗੜੇ ਪਾਉਂਦੇ ਸੀਗੇ, ਨੱਚਦੇ ਸੀ, ਟੱਪਦੇ ਸੀ, ਘਰ ਨੂੰ ਚਲੇ ਜਾਂਦੇ, ਠੀਕ ਆ। ਮੰਨ ਲਾ ਅਗਲੇ ਦਿਨ ਕਿਸੇ ਹੋਰ ਦਾ ਅਮਰਿੰਦਰ ਗਿੱਲ ਦਾ ਸ਼ੋਅ ਹੈ ਜਾਂ ਦਲਜੀਤ ਦੋਸਾਂਝ ਦਾ ਸ਼ੋਅ ਹੈ, ਉਹਦੇ ਸ਼ੋਅ ਦੇ ਉੱਤੇ ਆਪਦੇ ਫੈਨ ਜਾਂਦੇ ਸੀਗੇ, ਨੱਚਦੇ ਸੀ, ਟੱਪਦੇ ਸੀ, ਘਰੇ ਆਏ ਨਹੀਂ। ਪਰ ਉਹ ਕਿਸੇ ਸ਼ੋਅ ਦੇ ਉੱਤੇ ਜਾ ਕੇ ਐ ਨਹੀਂ ਸੀ ਹੁੰਦਾ ਵੀ ਕੋਈ ਬੰਦਾ ਐਂ ਕਹੇ ਵੀ ਕੱਲ ਗਿੱਪੀ ਲੱਗਿਆ ਸੀ ਉਹ ਤੇਰੇ ਨਾਲ ਘੈਂਟ ਸੀ ਬਈ, ਠੀਕ ਹੈ, ਐਂ ਲੱਗਿਆ। ਹੁਣ ਪ੍ਰੋਬਲਮ ਇੱਕ ਹੀ ਬਹੁਤ ਆ ਗਈ, ਹਨਾ, ਵੀ ਆਡੀਅੰਸ ਵੀ ਬਦਲ ਗਈ, ਆਡੀਅੰਸ ਵੀ ਪਤਾ ਨਹੀਂ ਕਿਉਂ। ਔਰ ਮੈਂ ਬਹੁਤ ਵਾਰੀ ਇਹ ਗੱਲ ਕਹਿੰਦਾ, ਓਨੈਸਟ ਗੱਲ ਹੈ, ਅੱਜ ਆਪਾਂ ਲਾਈਵ ਹੋਏ ਹਾਂ, ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਵੀ ਦੇਖੋ ਚਲੋ ਕੰਮ ਧੰਦਾ ਹਰੇਕ ਦਾ ਇੰਪੋਰਟੈਂਟ ਆ, ਸਾਡਾ ਵੀ ਕੰਮ ਧੰਦਾ ਸਾਡੇ ਲਈ ਇੰਪੋਰਟੈਂਟ ਆ, ਆਪਾਂ ਰੋਟੀ ਖਾਂਦੇ ਹਾਂ ਉਸੇ ਚੀਜ਼ ਤੋਂ, ਆਪਾਂ ਆਪਦੇ ਜਵਾਕ ਪਾਲਣੇ ਆ। ਪਰ ਮੇਰਾ ਇੱਕ ਜ਼ਰੂਰ ਸਾਰਿਆਂ ਨੂੰ ਇਹ ਚੀਜ਼ ਹੈਗੀ ਆ ਵੀ ਅਸੀਂ ਜਦੋਂ ਆਉਂਦੇ ਹਾਂ ਨਾ, ਆਪਾਂ ਜਿਵੇਂ ਹੁਣ ਕੋਈ ਵੀ ਗੱਲ ਕਰਦੇ ਹਾਂ ਜਾਂ ਆਪਾਂ ਹੁਣ ਆਪਾਂ ਆਪਣਾ ਗਾਣਾ ਆ ਰਿਹਾ ਹੈ ਕਿਵੇਂ, ਆਪਾਂ ਉਹਨੂੰ ਵੀ ਪ੍ਰਮੋਟ ਕਰ ਰਹੇ ਹਾਂ, ਪਰ ਮੈਂ ਕਹਿੰਦਾ ਨਾਲ ਆਪਾਂ ਲੋਕਾਂ ਨੂੰ ਇਹ ਦੱਸੀਏ ਵੀ ਅਸੀਂ ਆਪਦਾ ਸੌਦਾ ਵੇਚਦੇ ਹਾਂ, ਅਸੀਂ ਆਪਦਾ ਸੌਦਾ ਵੇਚਦੇ ਹਾਂ, ਤੁਸੀਂ ਸਾਲੇ ਸਾਡੇ ਸੌਦੇ ਦੇ ਪਿੱਛੇ ਕਾਹਨੂੰ ਆਪਦੇ ਘਰੇ ਲੜਾਈ ਪਈ ਹੋਈ ਆ। ਹੁਣ ਕਿਸੇ ਦਾ ਕੋਈ ਕਿਸੇ ਦਾ ਫੈਨ ਆ, ਕੋਈ ਕਿਸੇ ਦਾ ਫੈਨ ਆ, ਕਈ ਬੰਦਿਆਂ ਦੇ ਮੈਨੂੰ ਕਈਆਂ ਦੇ ਮੈਸੇਜ ਪੜ੍ਹਦਾ, ਉਹ ਕਹਿੰਦਾ ਵੀ ਫਲਾਣੇ ਬੰਦੇ ਨੇ ਫਲਾਣੇ ਨੂੰ ਗਲਤ ਬੋਲਿਆ, ਮੇਰੇ ਚਾਚੇ ਨੇ ਫਲਾਣੇ ਨੂੰ ਗਲਤ ਬੋਲਿਆ, ਮੈਂ ਤਾਂ ਚਾਚੇ ਨਾਲ ਹੀ ਬੋਲੋ ਹਟ ਗਿਆ, ਮੈਂ ਤਾਂ ਫਲਾਣੇ ਦਾ, ਹੈ ਨਾ। ਮੈਂ ਉਹ ਕਹਿੰਦਾ ਵੀ ਐਕਚੁਲੀ ਕੀ ਆ ਵੀ ਦੇਖੋ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਤੁਸੀਂ ਮਿਲ ਵਰਤ ਕੇ ਰਹੋ, ਸਾਰਿਆਂ ਦਾ ਜਿਹੜਾ ਚੰਗਾ ਗੀਤ ਆ ਉਹ ਸੁਣੋ, ਹੈ ਨਾ। ਇਹ ਟੈਲੀਵਿਜ਼ਨ ਨੇ ਇੰਨਾ ਜ਼ਿਆਦਾ ਟਰਵਲ ਕੀਤੀ ਹੋਈ ਆ, ਹੈ ਨਾ। ਔਰ ਇੱਕ ਮੀਡੀਆ ਨੂੰ ਵੀ ਮੇਰੀ ਰਿਕੁਐਸਟ ਹੈ, ਉਹ ਜਿਹੜੀ ਚੀਜ਼ ਨੂੰ ਸੋਚਦੇ ਆ ਵੀ ਉਹ ਚੀਜ਼ ਬੁਰੀ ਹੈ, ਠੀਕ ਹੈ। ਹੁਣ ਕਈ ਵਾਰੀ ਕੀ ਹੁੰਦਾ ਨਾ, ਮੈਂ ਕਈ ਵਾਰੀ ਨੋਟਿਸ ਕਰਦਾ, ਕਈ ਵਾਰੀ ਕੋਈ ਰੋਂਗ ਚੀਜ਼ ਹੋ ਜਾਂਦੀ ਆ ਆਪਣੇ, ਤੇ ਮਤਲਬ ਉਹ ਏਦਾਂ ਦੀ ਚੀਜ਼ ਹੋ ਜਾਂਦੀ ਆ ਵੀ ਜਿਵੇਂ ਲੋਕਾਂ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ, ਠੀਕ ਹੈ, ਕੋਈ ਬੈਡ ਨਹੀਂ ਆਉਣੀ ਚਾਹੀਦੀ। ਮੀਡੀਆ ਉਹਨੂੰ ਇੰਨਾ ਹਾਈਲਾਈਟ ਕਰ ਦਿੰਦਾ, ਹਰੇਕ ਬੰਦਾ ਕਹਿੰਦਾ ਵੀ ਸਾਲਾ ਇੱਕ ਵਾਰੀ ਖੋਲ ਕੇ ਤਾਂ ਦੇਖੀ ਕੀ ਚੀਜ਼ ਆ, ਇੱਕ ਵਾਰ ਦੇਖੀ ਤਾਂ ਸਹੀ ਚੀਜ਼, ਸਹੀ ਗੱਲ। ਹਾਂ, ਉਹ ਚੀਜ਼ਾਂ ਨੇ ਜਿਹੜੀਆਂ ਉਹ ਚੀਜ਼ਾਂ ਰੋਂਗ ਪੋਰਟਰੇ ਕਰਦੀਆਂ ਮੀਡੀਆ ਵੀ। ਜੇ ਤੁਹਾਨੂੰ ਕਿਸੇ ਚੀਜ਼ ਦੀ ਕਿਸੇ ਨੂੰ ਟਰਬਲ ਲੱਗਦੀ ਆ, ਤੁਸੀਂ ਉਹ ਬੰਦੇ ਨੂੰ ਨਾ ਕਵਰ ਕਰੋ, 10 ਦਿਨਾਂ 20 ਦਿਨਾਂ ਬਾਅਦ ਆਪਣੇ ਆਪ ਬੰਦਾ ਖਬਰਾਂ ਚੋਂ ਹਟ ਜਾਊਗਾ, ਆਪਣੇ ਹਟ ਜਾਊਗਾ, ਬਿਲਕੁਲ ਬਿਲਕੁਲ। ਤੁਸੀਂ ਹੁਣ ਜਾਂ ਤਾਂ ਤੁਸੀਂ ਇਹ ਕਹੋ, ਇਹ ਵੀ ਤੁਸੀਂ ਮੰਨਦੇ ਨਹੀਂ ਵੀ ਖਬਰਾਂ ਤੁਹਾਡੀਆਂ ਉਹਦੇ ਕਰਕੇ ਵਿਕਦੀਆਂ, ਠੀਕ ਹੈ, ਇਸ ਚੀਜ਼ ਨੂੰ ਨੈਗੇਟਿਵਿਟੀ ਕਰਕੇ ਵਿਕਦੀਆਂ ਵੀ ਆ, ਸਹੀ ਗੱਲ। ਤੁਸੀਂ ਉਹ ਜੀਆਂ ਚੀਜ਼ਾਂ ਨੈਗੇਟਿਵ ਬਣਾਏ ਕਰਦੇ ਹੋ, ਉਹ ਬੰਦੇ ਦੇ ਫੈਨ ਵੀ ਹਰਟ ਹੁੰਦੇ ਨੇ, ਆਪਾਂ ਵੀ ਹਰਟ ਹੁੰਦੇ ਆ, ਸਾਰੇ ਜਾਣੇ। ਸੋ ਮੈਂ ਉਹੀ ਕਹਿੰਦਾ ਕਈ ਵਾਰੀ। ਔਰ ਦੂਜਾ ਕੀ ਆ, 2-4-5% ਤਾਂ ਬੰਦੇ, ਮੈਂ ਮੰਨ ਲਈ ਇਹ ਗੱਲ ਵੀ ਉਹਨਾਂ ਨੇ ਦੂਜੇ ਪਾਸੇ ਚੱਲਣਾ ਹੁੰਦਾ ਵਾ ਵੀ ਹਰ ਚੀਜ਼ ਨੂੰ ਨੈਗੇਟਿਵ ਹੀ ਕਰਨਾ ਹੁੰਦਾ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ। ਕਿਉਂਕਿ ਮੈਨੂੰ ਯਾਦ ਆ
ਕਿਸੇ ਫਿਲਮ ਲਈ ਨਹੀਂ ਮਿਲੀ ਹੈਗੀ ਹੈ ਨਾ ਕਮਾਲ ਦੀ ਫਿਲਮ ਫਿਰ ਵੀ ਨਾ ਹਾਂ ਤੇ ਉਹ ਨਾ ਜਦੋਂ ਫਿਰ ਵੀ ਜਦੋਂ ਉਹਦੀ ਪੋਸਟ ਪੋਸਟ ਪਿਆ ਕਰੇ ਵੀ ਅਰਦਾਸ ਸੱਤਵੇਂ ਪੀਕ ਦੇ ਵਿੱਚ ਇੱਥੇ ਹੈਗੀ ਆ ਤੇ ਕਈ ਬੰਦੇ ਨਾ ਥੱਲੇ ਕਮੈਂਟ ਉਹਦੇ ਵੀ ਲਿਖ ਦਿੰਦੇ ਸੀ ਹੈ ਨਾ ਤੇ ਕਹਿੰਦੇ ਕਹਿੰਦੇ ਫਿਰ ਕੀ ਹੋ ਗਿਆ ਕਹਿੰਦੇ ਜੇ ਸੱਤਵੇਂ ਵੀਕ ਚ ਕਹਿੰਦੇ ਕਰਨੇ ਤਾਂ ਇਹਨੇ ਇਕੱਠੇ ਪੈਸੇ ਆ ਮੈਂ ਕਿਹਾ ਪੈਸੇ ਤਾਂ ਇਕੱਠੇ ਮੈਂ ਮੰਜੇ ਬਿਸਤਰੇ ਚ ਵੀ ਕਰ ਰਿਹਾ ਕੈਰੀ ਓਨ ਜੱਟਾਂ ਚ ਵੀ ਕਰ ਰਿਹਾ ਤੁਸੀਂ ਸਾਰੇ ਗੱਲ ਕਹਿੰਦੇ ਹੋ ਵੀ ਚੰਗੀਆਂ ਫਿਲਮਾਂ ਬਣਾਓ ਹੁਣ ਮੈਂ ਇਹ ਸੋਚਾਂ ਵੀ ਚੰਗੀ ਫਿਲਮ ਵੀ ਬਣਾਵਾਂ ਤੇ ਉਹ ਚੱਲੇ ਨਾ ਕਿਉਂਕਿ ਪੈਸੇ ਨਾ ਇਕੱਠੇ ਹੋਣ ਇਹਦਾ ਮਤਲਬ ਇਹ ਹੋਇਆ ਵੀ ਚੰਗੀ ਫਿਲਮ ਚੋਂ ਪੈਸੇ ਇਕੱਠੇ ਹੋਣਗੇ ਤਾਂ ਅਸੀਂ ਚੰਗੀਆਂ ਬਣਾਉਣ ਲੱਗ ਜਾਵਾਂਗੇ ਹੁਣ ਜੇ ਉਹ ਇੱਕ ਵਾਰੀ ਬਣੀ ਇੱਕ ਵਾਰੀ ਚੱਲੀ ਤਾਂ ਅਸੀਂ ਉਹਦਾ ਸੈਕੰਡ ਪਾਰਟ ਲੈ ਕੇ ਆਏ ਹੁਣ ਸੈਕੰਡ ਪਾਰਟ ਨੂੰ ਐਪਰੀਸ਼ੀਏਟ ਕੀਤਾ ਅਸੀਂ ਮਿਹਨਤ ਤੇ ਲੱਗੇ ਹੋਏ ਆ ਵੀ ਤੀਜੀ ਉਦੋਂ ਵੀ ਵਧੀਆ ਬਣਾ ਕੇ ਲੈ ਗਈ ਹੈਨਾ ਸੋ ਉਹ ਚੀਜ਼ ਮੇਰਾ ਕਹਿਣ ਦਾ ਪਰਪਸ ਇਹ ਇੰਨਾ ਸੀ ਵੀ ਲੋਕ ਗਾਣਿਆਂ ਨੂੰ ਜਾਂ ਆਰਟਿਸਟਾਂ ਨੂੰ ਇੱਕ ਚੀਜ਼ ਇੱਕ ਤੱਕੜੀ ਚ ਨਾ ਤੋਲਿਆ ਕਰਨ ਵੀ ਕਿਰਦਾਰ ਇੱਕ ਹੋਰ ਚੀਜ਼ ਆ ਜਿਵੇਂ ਹੁਣ ਤੁਸੀਂ ਗੱਲ ਕੀਤੀ ਨਾ ਵੀ ਜਿਵੇਂ ਸਿੱਧੂ ਦੇ ਗਾਣੇ ਆ ਸਾਡੇ ਮੇਰੇ ਗਾਣੇ ਆ ਸਿੱਧੂ ਬਾਈ ਉਹਨਾਂ ਦੇ ਗਾਣੇ ਸਾਰੇ ਚੱਕਵੇਂ ਹੁੰਦੇ ਆ ਪਰ ਉਹ ਉਹੀ ਆ ਕਿ ਹੁਣ ਜਿਵੇਂ ਸਿੱਧੂ ਨੂੰ ਮਿਲਦੇ ਆ ਸਿੱਧੂ ਦਾ ਨੇਚਰ ਵੀ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਯਾਰ ਮੈਂ ਆਪਦੀ ਲਾਈਫ ਦੇ ਵਿੱਚ ਜਿੰਨੀ ਵਾਰੀ ਉਹਨੂੰ ਮਿਲਿਆ ਉਹ ਇੰਨਾ ਸੌਫਟ ਤੇ ਗੁੱਡ ਹਾਰਟਡ ਮੁੰਡਾ ਵਾ ਕੋਈ ਪ੍ਰੋਬਲਮ ਨਹੀਂ ਸਮ ਟਾਈਮ ਕੀ ਹੁੰਦਾ ਨਾ ਅਮਰ ਜਿਵੇਂ ਹੁਣ ਆਪਾਂ ਵਾ ਕੋਈ ਵੀ ਬੰਦਾ ਗੱਲ ਕਰਦਾ ਬੰਦਾ 20 ਵਾਰੀ ਭਾਵਕ ਹੁੰਦਾ 20 ਵਾਰੀ ਭਾਵਕ ਹੋਇਆ ਬੰਦਾ ਕਈ ਵਾਰੀ ਗੁੱਸੇ 'ਚ ਬੋਲਦਾ ਜਾਂ ਕੋਈ ਚੀਜ਼ ਕਰਦਾ ਹੈ ਨਾ ਉਹ ਚੀਜ਼ਾਂ ਇਹ ਨੇਚਰ ਵਾਈਜ਼ ਇੱਦਾਂ ਹੋ ਜਾਂਦੀਆਂ ਅਦਰਵਾਈਜ਼ ਨਹੀਂ ਹੁਣ ਮੈਂ ਕਿਉਂਕਿ ਛੁੱਟੀਆਂ ਕਹਿੰਦੇ ਮੈਂ ਨਾ ਥੋੜ੍ਹਾ ਘਟਾਇਆ ਹੋਇਆ ਇਹ ਵੀ ਸੋਸ਼ਲ ਮੀਡੀਆ ਘੱਟ ਹੀ ਦੇਖਣਾ ਵਾ ਬਹੁਤ ਜ਼ਿਆਦਾ ਦੇਖਦੇ ਬਿਲਕੁਲ ਹੁਣ ਜਦੋਂ ਆਹ ਬੱਬੂ ਮਾਨ ਸਿੱਧੂ ਮੂਸੇਵਾਲਾ ਬੱਬੂ ਬਾਈ ਦਾ ਤੇ ਸਿੱਧੂ ਦਾ ਰੌਲਾ ਪਿਆ ਜਿਹੜਾ ਵੀ ਕਨਫਿਊਜ਼ਨ ਹੋਈ ਆ ਹੁਣ ਮੈਂ ਜਿੰਨਾ ਕੁ ਬੱਬੂ ਬਾਈ ਨੂੰ ਵੀ ਲਾਈਫ ਦੇ ਵਿੱਚ ਮਿਲਿਆ ਵਾ ਯਾਰ ਉਹ ਵੀ ਬੜੀ ਗੁੱਡ ਹਾਰਟਡ ਬੜਾ ਵਾਰਮ ਵੈਲਕਮ ਵਾਲਾ ਬੰਦਾ ਵੀ ਛੋਟੇ ਭਾਈ ਕਿੱਦਾਂ ਹੋ ਤੁਸੀਂ ਯੇ ਵੋ ਫਲਾਂਟ ਗੱਲ ਮਤਲਬ ਕੋਈ ਇਦਾਂ ਦੀ ਹੈ ਨਹੀਂ ਕਈ ਵਾਰੀ ਨਾ ਇਹ ਗੱਲਾਂ ਨਿੱਕੀਆਂ ਨਿੱਕੀਆਂ ਮੈਂ ਬਿਲੀਵ ਕਰਿਓ ਆਪਣੀ ਆਹ ਜਿਹੜੀ ਹੁਣ ਦਾ ਮੇਨ ਮੈਨ ਆ ਮੇਨ ਮੈਨ ਦੇ ਵਿੱਚ ਮੈਂ ਤੇ ਦੀਪ ਨੇ ਇੰਨੇ ਸਾਲਾਂ ਬਾਅਦ ਇਕੱਠਿਆਂ ਨੇ ਗੀਤ ਕੀਤਾ ਠੀਕ ਹੈ ਇੰਨੇ ਸਾਲਾਂ ਦੇ ਵਿੱਚ ਜੇ ਬੀਤ ਵੀ ਬੀਤ ਨੂੰ ਕੋਈ ਮੇਰੇ ਬਾਰੇ ਪੁੱਛਦਾ ਸੀ ਉਹ ਕਹਿੰਦਾ ਵੀ ਕੋਈ ਇੰਟਰਵਿਊ ਵੀ ਕਰਦਾ ਸੀ ਉਹ ਮੇਰੇ ਬਾਰੇ ਚੰਗਾ ਬੋਲਦਾ ਸੀ ਮੈਨੂੰ ਕੋਈ ਪੁੱਛਦਾ ਸੀ ਤਾਂ ਮੈਂ ਬੀਤ ਬਾਰੇ ਚੰਗਾ ਬੋਲਦਾ ਸੀ ਠੀਕ ਹੈ ਸਾਨੂੰ ਇੱਕ ਦੋ ਬੰਦਿਆਂ ਨੇ ਪੁੱਛਿਆ ਵੀ ਯਾਰ ਤੁਹਾਡੀ ਕੋਈ ਲੜਾਈ ਹੋਈ ਆ ਯਾਰ ਮੈਂ ਵੀ ਇਹ ਸੋਚਿਆ ਮੈਂ ਕਿਹਾ ਕਿਸੇ ਬੰਦੇ ਨੇ ਨਾ ਕੋਈ ਮਾੜੀ ਜਿਹੀ ਗੱਲ ਉਹੀ ਮੈਨੂੰ ਕਹਿ ਦਿੱਤੀ ਮਾੜੀ ਜਿਹੀ ਗੱਲ ਹੀ ਬੀਤ ਨੂੰ ਕਹਿਤੀ ਉਹ ਸਾਲਾ ਸਾਡੇ ਵਿੱਚ ਨਾ ਮਤਲਬ ਲੜਾਉਣਾ ਚਾਹੁੰਦਾ ਸੀ ਅਸੀਂ ਨਾ ਐਡੇ ਬਿਜੂ ਸੀ ਵੀ ਅਸੀਂ ਇੱਕ ਦੂਜੇ ਨੂੰ ਪੁੱਛਿਆ ਵੀ ਨਹੀਂ ਗਾ ਗੱਲ ਠੀਕ ਆ ਮੈਨੂੰ ਐਂ ਜੇ ਹੋ ਗਿਆ ਵੀ ਬੀਤ ਕਹੇ ਵੀ ਬੀਤ ਦੀ ਗੱਲ ਆ ਹਨਾ ਬੀਤ ਨੂੰ ਐਂ ਹੋ ਗਿਆ ਵੀ ਬਾਈ ਕਹੇ ਮੈਨੂੰ ਹਨਾ ਵੀ ਯਾਰ ਵੀ ਮੈਂ ਤਾਂ ਬਾਈ ਬਾਰੇ ਕਦੇ ਇੱਦਾਂ ਕਿਹਾ ਹੀ ਨਹੀਂ ਇੱਕ ਦਿਨ ਅਸੀਂ ਨੋਰਮਲ ਇਕੱਠੇ ਹੋਏ ਮੈਂ ਤੇ ਬੀਤ ਤੇ ਗੱਲਾਂ ਬਾਤਾਂ ਮਾਰੀਆਂ ਅਸੀਂ ਕਿਹਾ ਯਾਰ ਆਪਾਂ ਅੱਜ ਤੋਂ ਬਾਅਦ ਪੁਰਾਣੀ ਗੱਲ ਡਿਸਕਸ ਹੀ ਨਹੀਂ ਕਰਨੀ ਹੈ ਜੀ ਗੱਲ ਮੁੱਕਣੀ ਠੀਕ ਹੈ ਵੀ ਕੀ ਰੱਖਿਆ ਉਹਦੇ 'ਚ ਅੱਜ ਫਿਰ ਇਕੱਠੇ ਹਾਂ ਉਹ ਮੇਰੀ ਉਨੀ ਜਿੱਦ ਕਰਦਾ ਮੈਨੂੰ ਹਨਾ ਵੀਰਾ ਕਹਿ ਕੇ ਬੋਲਦਾ ਰਿਸਪੈਕਟ ਦਿੰਦਾ ਮੈਂ ਉਹਨੂੰ ਛੋਟੇ ਭਰਾ ਵਾਂਗੂ ਟ੍ਰੀਟ ਕਰਦਾ ਮਤਲਬ ਗੱਲ ਨਹੀਂ ਕੁਛ ਹੁੰਦੀ ਹੈਗੀ ਗੱਲ ਬਣਦੀ ਬਣਾ ਦਿੰਦੇ ਨੇ ਮੈਂ ਕੱਲ ਮੈਂ ਕਿਹਾ ਲੋਕੀ ਕਹੀ ਜਾਂਦੇ ਸੀਗੇ ਵੀ ਮੈਨੂੰ ਕਈ ਵਾਰੀ ਪੁੱਛ ਦਿੰਦੇ ਵੀ ਤੁਹਾਡੀ ਦਲਜੀਤ ਨਾਲ ਕੀ ਪ੍ਰੋਬਲਮ ਹੋਈ ਹੈ ਸਾਡੀ ਕਦੇ ਜ਼ਿੰਦਗੀ ਸਾਡੀ ਕਿਹੜਾ ਵੱਟ ਸਾਂਝੀ ਸਾਡੀ ਕੀ ਪ੍ਰੋਬਲਮ ਹੋਣੀ ਆ ਕਦੇ ਹੁੰਦੀ ਨੀ ਬਾਈ ਸਹੀ ਗੱਲ ਹੁੰਦੀ ਨੀ ਯਾਰ ਕੋਈ ਠੀਕ ਹੈ ਗੱਲਾਂ ਨਾ ਬਣਦੀਆਂ ਬਣਦੀਆਂ ਜਿਵੇਂ ਹੁਣ ਤੁਸੀਂ ਗਾਣਾ ਤੂੰ ਰਿਲੀਜ਼ ਕਰੇ ਬਾਈ ਚਾਂਸ ਕਿਸੇ ਹੋਰ ਦਾ ਗਾਣਾ ਉਸ ਡੇਟ ਨੂੰ ਆ ਜਾਵੇ ਅਗਲਾ ਕਹਿੰਦਾ ਦੋ ਬੰਦੇ ਵੀ ਕਹਿੰਦੇ ਆ ਇਹਨੇ ਜਾਣ ਕੇ ਕਰਿਆ ਇਹ ਸਾਰੇ ਬੰਦਿਆਂ ਦੇ ਵਿੱਚ ਬਹੁਤ ਟੈਲੈਂਟ ਆ ਮੈਂ ਅੱਗੇ ਵੀ ਕਿੰਨੀ ਵਾਰੀ ਇਹ ਗੱਲ ਕਹੀ ਆ ਵੀ ਜੇ ਤੁਸੀਂ ਸਾਰੇ ਬੰਦੇ ਇਹਨਾਂ ਨੂੰ ਪਿਆਰ ਨਾਲ ਮੈਸੇਜ ਕਰਿਆ ਕਰੋ ਇੱਕ ਦੂਜੇ ਦੇ ਫੈਨ ਇੱਕ ਦੂਜੇ ਨੂੰ ਮੈਸੇਜ ਕਰਿਆ ਕਰੋ ਇਹ ਮਿਲ ਕੇ ਟੀਮ ਬਣਾਉਣ ਹੁਣ ਅੱਜ ਦੇਖੋ ਗਾਣੇ ਤਾਂ ਤੇਰੇ ਵੀ ਬਹੁਤ ਆਏ ਗਾਣੇ ਸਿੱਧੂ ਦੇ ਵੀ ਬਹੁਤ ਆਏ ਜੀ ਬੰਬੀਹਾ ਬੋਲੇ ਦੀ ਅੱਡ ਗੱਲ ਸੀ ਬਿਲਕੁਲ ਠੀਕ ਹੈ ਉਹਦਾ ਰੀਜ਼ਨ ਹਾਂ ਫਿਲਮ ਜਿੰਨਾ ਰੌਲਾ ਸੀ ਉਹਦਾ ਰੀਜ਼ਨ ਕੀ ਸੀ ਵੀ ਦੋ ਵਧੀਆ ਸਿੰਗਰ ਵੱਡੀ ਕੋਲੈਬੋਰੇਸ਼ਨ ਲੈ ਕੇ ਆਏ ਠੀਕ ਹੈ ਜੀ ਉਹ ਚੀਜ਼ ਬਹੁਤ ਇੰਪੋਰਟੈਂਟ ਆ ਜੋ ਤੁਸੀਂ ਐਂ ਜੁੜ ਕੇ ਆਉਂਦੇ ਹੋ ਇੱਕ ਦੂਜੇ ਦਾ ਸਾਥ ਮਿਲਦਾ ਕੰਬੀਨੇਸ਼ਨ ਚੀਜ਼ ਆਉਂਦੀਆਂ ਬਾਹਰਲੇ ਗੋਰੇ ਗੋਰੇ ਕਿੰਨੇ ਗਾਣੇ ਐਂ ਕਰਦੇ ਆ ਮੈਂ ਵੀ ਆਪਾਂ ਵੀ ਮੈਂ ਐਤਕੀ ਪਹਿਲੀ ਐਲਬਮ ਦੇ ਵਿੱਚ ਇੱਦਾਂ ਦੇ ਕੀਤੇ ਨੇ ਵੀ ਆਪਾਂ ਗਾਣਾ ਇਕੱਠਿਆਂ ਨੇ ਕੀਤਾ ਠੀਕ ਹੈ ਚਾਰ ਪੰਜ ਕੋਲੈਬੋਰੇਸ਼ਨਾਂ ਕੀਤੀਆਂ ਹਨਾ ਉਹ ਕੋਲੈਬੋਰੇਸ਼ਨਾਂ ਜਿਹੜੀਆਂ ਕੀਤੀਆਂ ਨੇ
ਉਹਨਾਂ ਦਾ ਡੈਫੀਨੇਟਲੀ ਲੋਕ ਇੰਜੋਏ ਕਰਦੇ ਨੇ ਵੀ ਯਾਰ ਕਿਵੇਂ ਲੱਗ ਰਿਹਾ। ਉਹ ਇੱਕ ਮੈਸੇਜ ਵੀ ਆ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਸਪੋਰਟ ਕਰਦੇ ਆ, ਇੱਕ ਦੂਜੇ ਨੂੰ ਸਾਰੇ ਅਸੀਂ ਈਵਨ ਕਿ ਮੈਂ ਤਾਂ ਕਈ ਵਾਰੀ ਮੈਂ ਦੇਖਦਾ ਹੁੰਦਾ ਵੀ ਜਿਵੇਂ ਇੰਨਾ ਜਿਵੇਂ ਹੁਣ ਤੁਸੀਂ ਹੋ ਜਾਂ ਜਿਵੇਂ ਸਿੱਧੂ ਹੈ, ਸਾਰਿਆਂ ਨਾਲ ਸਿੱਧੂ ਨੂੰ ਮੈਂ ਆਪਦਾ ਗਾਣਾ ਵੀ ਭੇਜ ਦਿੰਦਾ ਵੀ ਯਾਰ ਘੈਂਟਾ, ਨਾਲੇ ਸਿੱਧੂ ਖੁਦ ਰਾਈਟਰ ਉਹ ਮੈਨੂੰ ਭੇਜ ਦਿੰਦਾ ਕਿ ਬਾਈ ਆਹ ਗਾਣਾ ਘੈਂਟਾ ਕਰ ਦਈਏ, ਮੈਂ ਤੁਹਾਨੂੰ ਆਪਦਾ ਕੋਈ ਹੋਰ ਗਾਣਾ ਭੇਜ ਦਿੰਦਾ ਵੀ ਬਾਈ ਆਹ ਕਰੀਏ ਆਪਾਂ, ਤੁਸੀਂ ਮੈਨੂੰ ਕਹਿ ਦਿੰਦਾ ਯਾਰ ਮੈਂ ਆਹ ਕਰਨਾ। ਸੋ ਉਹ ਆਪਾਂ ਸਾਰੇ ਇੱਕ ਮੈਸੇਜ ਇਹੀ ਦੇਣ ਦੀ ਟਰਾਈ ਕਰ ਰਹੇ ਹਾਂ ਅੱਜ ਬੇਸਿਕਲੀ ਜੇ ਟੌਪਿਕ ਚੱਲਿਆ ਕਿ ਜਿਹੜੇ ਸਾਰੇ ਮੀਡੀਏਟਰ ਵੀ ਆ, ਚਾਹੇ ਉਹ ਮੀਡੀਆ ਚਾਹੇ ਉਹ ਫੈਨਸ ਆ, ਉਹਨਾਂ ਨੂੰ ਵੀ ਇੱਕ ਗੁੱਡ ਰੋਲ ਅਦਾ ਕਰਨਾ ਚਾਹੀਦਾ ਕਿ ਬਿਲਕੁਲ ਕੋਈ ਵੀ ਆਰਟਿਸਟ ਲੜਨ ਨਾ ਇੱਕ ਦੂਜੇ ਨਾਲ ਇਕੱਠੇ ਰਹਿਣ। ਜਦੋਂ ਆਪਾਂ ਕਿਸੇ ਨੂੰ ਟੀਕਾ ਟਿੱਪਣੀ ਕਰੀ ਹੋ ਜਾਂਦੇ ਆ ਫਿਰ ਕਿਸੇ ਦਾ ਮਾਈਂਡ ਕਿੱਦਾਂ ਹੁੰਦਾ, ਕਿਸੇ ਦਾ ਕਿੱਦਾਂ ਬੰਦਾ ਪ੍ਰਵੋਕ ਵੀ ਹੋ ਜਾਂਦਾ। ਸੋ ਮੇਰਾ ਕਹਿਣਾ 100% ਹੁੰਦਾ, 100% ਪ੍ਰਵੋਕ ਹੁੰਦਾ ਬੰਦਾ। ਫਿਲਹਾਲ ਤੁਸੀਂ ਕੀ ਸੋਚਦੇ ਹੋ ਕਿ ਲੜਾਈ ਕਿੱਥੇ ਜਾ ਕੇ ਖਤਮ ਹੋਣੀ ਚਾਹੀਦੀ ਹੈ ਜਾਂ ਕਦੋਂ ਖਤਮ ਹੋਵੇਗੀ? ਇਸ ਦੇ ਬਾਰੇ ਤੁਹਾਡਾ ਕੀ ਫੀਡਬੈਕ ਹੈ ਸਾਨੂੰ ਜ਼ਰੂਰ ਸਾਂਝਾ ਕਰੋ, ਅਤੇ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। All World Open Challenge 17-time Gold Medalist Mia Rafiq Mohammed, Pandit Maulvi Begum Tantrik, Inna Chora Thaggaan Toh Saavdaan, Specialist Vashikaran Sitta Number Love Marriage Pati Patni Ch Anban Videsh Ch Pakka Hona Karobar Da Na Chalana Sirf 31 Kentiyan Vich Samadhan Free Mia Rafiq Mohammed Mobile 84374 94648 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।